ਕਾਗਜ਼ ਦੀ ਕ੍ਰਿਕਟ ਕੈਪ ਸਮੱਗਰੀ ਇੱਕ ਅਖਬਾਰ ਦਾ ਕਾਗਜ਼ ਇੱਕ ਅਖਬਾਰ ਦੇ ਕਾਗਜ਼ ਨੂੰ ਪਹਿਲਾਂ ਅੱਧਾ ਮੋੜੋ ਅਤੇ ਫਿਰ ਇੱਕ ਚੌਥਾਈ ਮੋੜ ਦਿਓ। ਇਸ ਨੂੰ ਖੋਲ੍ਹ ਕੇ ਉੱਪਰੋਂ ਦੋਵੇਂ ਪਾਸੇ ਤਿਕੋਣਾ ਮੋੜ ਕੇ ਛੱਤ ਬਣਾਓ। ਛੱਤ ਨੂੰ ਹੇਠਾਂ ਵੱਲ ਮੋੜ ਕੇ ਦਬਾਓ ਅਤੇ ਸਾਰੀ ਅਖਬਾਰ ਨੂੰ ਖੋਲ੍ਹ ਦਿਓ। ਹੁਣ ਦੋਵੇਂ ਲੰਬੇ ਕਿਨਾਰਿਆਂ ਨੂੰ 4 ਸੈਂਟੀਮੀਟਰ ਤੋਂ 5 ਸੈਂਟੀਮੀਟਰ ਅੰਦਰ ਵੱਲ ਨੂੰ ਮੋੜ ਦਿਓ। ਕਾਗਜ਼ ਨੂੰ ਸਹੀ ਕਰਕੇ ਵਿਚਕਾਰੋਂ ਅੱਧਾ ਮੋੜ ਦਿਓ। ਉੱਪਰੋਂ ਛੱਤ ਨੂੰ ਫਿਰ ਮੋੜ ਕੇ ਖੋਲ੍ਹ ਦਿਓ ਤਾਂ ਜੋ ਕਰੀਜ਼ਾਂ ਬਣ ਜਾਣ। ਹੁਣ ਕਰੀਜ਼ਾਂ ਤੋਂ ਅੰਦਰ ਵੱਲ ਨੂੰ ਕਾਗਜ਼ ਮੋੜ ਕੇ ਅਸਲ ਵਿੱਚ ਛੱਤ ਬਣਾ ਦਿਓ। ਇੱਕ ਘਰ ਵਾਂਗ ਬਣ ਜਾਵੇਗਾ, ਇੱਕ ਅਗਲਾ ਪਾਸਾ ਅਤੇ ਇੱਕ ਪਿਛਲਾ ਪਾਸਾ। ਅਗਲੇ ਪਾਸਿਆਂ ਨੂੰ ਥੋੜ੍ਹਾ ਥੋੜ੍ਹਾ ਹਿੱਸਾ ਫੜ ਕੇ ਅੱਗੇ ਵੱਲ ਮੋੜੋ। ਹੇਠਲੇ ਕਿਨਾਰੇ ਨੂੰ 2 ਵਾਰ ਉੱਪਰ ਵੱਲ ਮੋੜੋ। ਇਸ ਫਲੈਪ ਨੂੰ ਤਿਕੋਣੇ ਭਾਗ ਵਿੱਚ ਫਸਾ ਦਿਓ। ਇਹ ਟੋਪੀ ਦੀ ਪਿਛਲੀ ਸਾਈਡ ਬਣੇਗੀ ਅਤੇ ਸੱਜੇ ਵਾਲੇ ਤਿਕੋਣਾਂ ਨੂੰ ਵੀ ਕੇਂਦਰ ਵੱਲ ਮੋੜੋ। ਸਾਰੀਆਂ ਤਿਕੋਣਾਂ ਨੂੰ ਟੇਪ ਲਗਾ ਕੇ ਆਪਣੀ ਆਪਣੀ ਜਗ੍ਹਾ 'ਤੇ ਸਥਿਰ ਕਰ ਦਿਓ। ਕ੍ਰਿਕਟ ਟੋਪੀ ਲਗਭਗ ਤਿਆਰ ਹੈ। ਹੌਲੀ ਹੌਲੀ ਖੋਲ੍ਹ ਕੇ ਇਸ ਨੂੰ ਆਕਾਰ ਦਿਓ। ਹੁਣ ਇਸ ਨੂੰ ਪਹਿਨ ਕੇ ਤੁਸੀਂ ਕ੍ਰਿਕਟ ਖੇਡ ਸਕਦੇ ਹੋ।